बिस्मिल्लाह रहमान रहीम लाइट फॉर ब्लाइंड दे मौजूद दोस्तों अस्सलाम वालेकुम आज दी वीडियो विच असि ਤੁਹਾਡੇ ਲਈ ਪੰਜਾਬੀ ਦੇ ਕਲਾਸਿਕੀ ਸ਼ਾਇਰ ਹਾਸ਼ਮ ਸ਼ਾਹ ਹੋਰਾਂ ਦੇ ਬਾਰੇ ਮਾਲੂਮਾਤ ਲੈ ਕੇ ਆਇਆ ਸਵਾਲ ਹੈ ਹਾਸ਼ਮ ਸ਼ਾਹ ਕਦੋਂ ਪੈਦਾ ਹੋਏ ਸਨ 1752 1753 1754 ਜਵਾਬ ਹੈ 1752 ਸਵਾਲ ਹਾਸ਼ਮ ਸ਼ਾਹ ਦੇ ਪਿਓ ਦਾ ਨਾਮ ਕੀ ਹੈ ਸੂਫੀ ਅਲੀ ਮੁਹੰਮਦ ਸੂਫੀ ਮੁਹੰਮਦ ਸ਼ਰੀਫ ਸੂਫੀ ਤਬਸਮ ਸੂਫੀ সিদ্দিক ਜਵਾਬੇ ਸੂਫੀ ਮੁਹੰਮਦ ਸ਼ਰੀਫ ਸਵਾਲ ਹਾਸ਼ਮ ਸ਼ਾਹ ਕਿਹੜੇ ਪਿੰਡ ਵਿੱਚ ਪੈਦਾ ਹੋਏ ਸਨ ਜਗਦੀਓ ਕਲਾਂ ਫੈਜ਼ਪੂਰ ਕਲਾਂ ਤਾਹਿਰ ਕਲਾਂ ਬਸੀਰਪੂਰ ਕਲਾਂ ਜਵਾਬੇ ਜਗਦੀਓ ਕਲਾਂ ਸਵਾਲ ਹਾਸ਼ਮ ਸ਼ਾਹ ਨੂੰ ਕਿਹੜੇ ਸ਼ੋਬੇ ਵਿੱਚ ਮਹਾਰਤ ਹਾਸਲ ਸੀ ਜ਼ਰਾਤ ਵਿੱਚ ਖੇਤੀ ਬਾੜੀ ਵਿੱਚ ਤਿੱਬ ਵਿੱਚ ਖੱਡੀ ਵਿੱਚ ਜਵਾਬ ਹੈ ਤਿੱਬ ਵਿੱਚ ਸਵਾਲ ਹਾਸ਼ਮ ਸ਼ਾਹ ਨੇ ਕਿਹੜੇ ਬਾਦਸ਼ਾਹ ਦਾ ਇਲਾਜ ਕੀਤਾ ਸੀ ਰਣਜੀਤ ਸਿੰਘ ਗੋਬਿੰਦ ਸਿੰਘ ਬਹਾਦਰ ਸ਼ਾ ਜਫਰ ਹਮਾਈਉਂ ਜਵਾਬ ਹੈ ਰਣਜੀਤ ਸਿੰਘ ਸਵਾਲ ਮਹਾਰਾਜਾ ਰਣਜੀਤ ਸਿੰਘ ਨੇ ਆਪ ਨੂੰ ਕਿਹੜੇ ਇਲਾਕੇ ਵਿੱਚ ਜਾਗੀਰ ਅਤਾ ਕੀਤੀ ਕਰਪਾਲ ਕਰਨਾਲ ਥਰਪਾਲ ਸਿਆਲਕੋਟ ਜਵਾਬ ਏ ਥਰਪਾਲ ਸਵਾਲ ਥਰਪਾਲ ਅੱਜ ਕੱਲ ਕਿਹੜੇ ਜ਼ਿਲ੍ਹੇ ਵਿੱਚ ਏ ਨਾਰੋਵਾਲ ਜੇਲਮ ਮੁਲਤਾਨ ਕਸੂਰ ਜਵਾਬ ਏ ਨਾਰੋਵਾਲ ਸਵਾਲ ਹਾਸ਼ਿਮ ਸ਼ਾਹ ਕਦੋਂ ਫੌਤ ਹੋਏ ਸਨ 1820 1821 1822 1823 ਜਵਾਬ 1821 ਸਵਾਲ ਆਸ਼ਮ ਸ਼ਾਦੀ ਸਭ ਤੋਂ ਮਸ਼ਹੂਰ ਕਿਤਾਬ ਕਿਹੜੀ ਹੈ ਸਸੀ ਪੁੰਨੂ ਸ਼ੀਰੀ ਫਰਹਾਦ ਲੈਲਾ ਮਜਨੂ ਕੋਈ ਵੀ ਨਹੀਂ ਜਵਾਬ ਹੈ ਸਸੀ ਪੁੰਨੂ ਸਵਾਲ ਸਸੀ ਦੇ ਪਿਓ ਦਾ ਨਾਮ ਕੀ ਹੈ ਜਾਮ ਆਦਮ ਜਾਮ ਕਮਾਲ ਜਾਮ ਸਾਦਕ ਅਲੀ ਜਾਂ ਮਦਦ ਅਲੀ ਜਵਾਬ ਹੈ ਜਾਮ ਆਦਮ ਸਵਾਲ आशिम शाह ने जाम आदम आदमी बादशाह वर्गा दसा ए सिकंदरे आजम जहांगीर हलाकू खान बहादुर शाह जफर जवाबे सिकंदरे आजम सवाल ससी का वतन किड़ा सी थल भनबोर सैवन मकरान जवाबे भनबोर सवाल ਨਜੂਮੀਆਂ ਨੇ ਆਦਮ ਜਾਮ ਨੂੰ ਸਸੀ ਬਾਰੇ ਕੀ ਆਖਿਆ ਸੀ ਕਰਮਾ ਵਾਲੀ ਭਾਗਾ ਵਾਲੀ ਮਨਹੂਸ ਖੂਬਸੂਰਤ ਜਵਾਬੇ ਮਨਹੂਸ ਸਵਾਲ ਆਦਮ ਜਾਮ ਨੇ ਸਸੀ ਨੂੰ ਕਿਸ ਸ਼ੈ ਵਿੱਚ ਬੰਦ ਕੀਤਾ ਡੱਬੇ ਵਿੱਚ ਸੰਦੂਕ ਵਿੱਚ ਬਾੜੇ ਵਿੱਚ ਡੜਬੇ ਵਿੱਚ ਜਵਾਬੇ ਸੰਦੂਕ ਵਿੱਚ ਸਵਾਲ ਸੰਦੂਕ ਨੂੰ ਕਿੱਥੇ ਰੋੜਿਆ? ਨਦੀ ਵਿੱਚ, ਦਰਿਆ ਵਿੱਚ, ਤਲਾਬ ਵਿੱਚ, ਨਹਿਰ ਵਿੱਚ। ਜਵਾਬ ਏ ਦਰਿਆ ਵਿੱਚ। ਸਵਾਲ ਸੰਦੂਕ ਕਿਸ ਛੇ ਦਾ ਬਣਿਆ ਹੋਇਆ ਸੀ? ਲੱਕੜ ਦਾ, ਸ਼ੀਸ਼ੇ ਦਾ, ਪਿੱਤਲ ਦਾ, ਲੋਹੇ ਦਾ। ਜਵਾਬ ਏ ਲੱਕੜ ਦਾ। ਸਵਾਲ ਸਸੀ ਦਾ ਸੰਦੂਕ ਕਿਸ ਦੇ ਹੱਥੇ ਚੜਿਆ? ਸ਼ਹਿਜ਼ਾਦੇ ਦੇ, ਦੋਬੀ ਦੇ, ਸੌਦਾਗਰ ਦੇ ਡਾਕੂ ਦੇ ਜਵਾਬੇ ਧੋਬੀ ਦੇ ਸਵਾਲ ਧੋਬੀ ਦੇ ਕਿੰਨੇ ਬੱਚੇ ਸਨ 2 3 4 ਔਲਾਦ ਨਹੀਂ ਸੀ ਜਵਾਬੇ ਔਲਾਦ ਨਹੀਂ ਸੀ ਸਵਾਲ ਸਸੀ ਦਾ ਆਸ਼ਿਕ ਪੁੰਨੂ ਕਿਹੜੇ ਇਲਾਕੇ ਦਾ ਵਸੇ ਸੀ ਹైదరాబాద్ ਜਕਵਾਬਾਦ ਸਿਬੀ ਕੇਚ ਮਕਰਾਨ ਜਵਾਬੇ ਕੇਚ ਮਕਰਾਨ ਸਵਾਲ ਹਾਸ਼ਮ ਸ਼ਾਹ ਦੀ ਸ਼ੋਹਰਤ ਕਿਸ ਹਕੂਮਰਾਨ ਦੇ ਦਰਬਾਰ ਤੱਕ ਅਪੜੀ ਰਣਜੀਤ ਸਿੰਘ ਅਕਬਰ ਬਾਬਰ ਬੈਲੂ ਲੋਦੀ ਜਵਾਬ ਹੈ ਰਣਜੀਤ ਸਿੰਘ ਸਵਾਲ ਹਾਸ਼ਮ ਸ਼ਾਹ ਨੇ ਕਿੰਨੀਆਂ ਜ਼ਬਾਨਾਂ ਵਿੱਚ ਲਿਖਿਆ ਹੈ 4 5 6 7 ਜਵਾਬ ਹੈ 4 ਜ਼ਬਾਨਾਂ ਵਿੱਚ ਸਵਾਲ ਹਾਸ਼ਮ ਸ਼ਾਹ ਦਾ ਮਜ਼ਾਰ ਕਿੱਥੇ ਹੈ ਥਰਪਾਲ ਜ਼ਫਰਵਾਲ ਪੀਰੋਵਾਲ ਕਰਨਾਲ ਜਵਾਬੇ ਥਰਪਾਲ ਸਵਾਲ ਪੁੰਨੂ ਦੇ ਪਿਓ ਦਾ ਨਾਮ ਕੀ ਸੀ ਹੌਤ ਅਲੀ ਮੁਹੰਮਦ ਅਲੀ ਅਹਿਮਦ ਅਲੀ ਅਮਜਦ ਅਲੀ ਜਵਾਬੇ ਹੌਤ ਅਲੀ ਸਵਾਲ ਪੁੰਨੂ ਆਪਣੀ ਮਿਸਾਲ ਆਪ ਸੀ ਹੁਸਨ ਵਿੱਚ تیر ਅੰਦਾਜ਼ੀ ਵਿੱਚ ਬਹਾਦਰੀ ਵਿੱਚ ਤੇਰਾਕੀ ਵਿੱਚ ਜਵਾਬੇ ਹੁਸਨ ਵਿੱਚ ਸਵਾਲ ਸਸੀ ਦੇ ਬਾਗ ਵਿੱਚ ਪੰਨੂ ਦੀਆਂ ਤਸਵੀਰਾਂ ਕਿਸ ਨੇ ਬਣਾਈਆਂ ਸਨ ਯਮਨ ਦੇ ਸੌਦਾਗਰ ਨੇ ਮਿਸਰ ਦੇ ਸੌਦਾਗਰ ਨੇ ਗਜ਼ਨੀ ਦੇ ਸੌਦਾਗਰ ਨੇ ਸ਼ਾਮ ਦੇ ਸੌਦਾਗਰ ਨੇ ਇਹ ਦਸਹੀ ਜਵਾਬ ਹੈ ਗਜ਼ਨੀ ਦੇ ਸੌਦਾਗਰ ਨੇ ਸਵਾਲ ਸਸੀ ਦੇ ਕਿਸੇ ਵਿੱਚ ਹੌਨੀ ਤੋਂ ਕੀ ਮੁਰਾਦ ਹੈ ਦੌਲਤ ਸ਼ੋਹਰਤ ਨਸੀਬ ਬਦਨਾਮੀ ਜਵਾਬ ਹੈ ਨਸੀਬ ਸਵਾਲ ਕਿਹੜੇ ਲੋਕ ਪੁੰਨੂ ਨੂੰ ਸਸੀ ਦੇ ਕੋਲੋਂ ਦੂਰ ਲੈ ਗਏ ਸਨ ਪੁੰਨੂ ਦੇ ਬਰਾ ਪੁੰਨੂ ਦੇ ਦੋਸਤ ਪੁੰਨੂ ਦੇ ਰਿਸ਼ਤੇਦਾਰ ਪੁੰਨੂ ਦੇ ਹਮਸਾਏ ਜਵਾਬੇ ਪੁੰਨੂ ਦੇ ਬਰਾ ਸਵਾਲ ਸਸੀ ਦੀ ਮੌਤ ਕਿਹੜੇ ਰੇਗਿਸਤਾਨ ਵਿੱਚ ਹੋਈ ਖੇਰਥਰ ਲੋਥਰ ਸਹਰਾਏ ਗੋਬੀ ਨਖਲਿਸਤਾਨ ਜਵਾਬੇ ਖੇਰਥਰ ਸਵਾਲ ਹਾਸ਼ਮ ਨੇ ਕਿੰਨੇ ਦੋੜੇ ਲਿਖੇ ਸਨ 124 130 140 150 ਜਵਾਬ ਹੈ 124 ਸਵਾਲ ਕਿਸ ਅੰਗਰੇਜ਼ ਨੇ ਸਸਿਦਾ ਅੰਗਰੇਜ਼ੀ ਵਿੱਚ ਤਰਜਮਾ ਕੀਤਾ ਹੈ ਸਰ ਰਿਚਰਡ ਟੈਂਪਲ ਸਰ ਵਿਲੀਅਮ ਮਿਓਰ ਡੇਵਰ ਮੋਰਗਨ ਜான் ਕੈਟਸ ਜਵਾਬ ਹੈ ਸਰ ਰਿਚਰਡ ਟੈਂਪਲ ਸਵਾਲ ਸਸਿਦੀ ਮੌਤ ਕਿੰਜ ਹੋਈ जहर खा लिया सब लड़ गया दरजा डुब गई नंगे सर पैर पारों थल विच तपदी रेत पारों मर गई जवाब ए नंगे सर पैर पारों थल तपदी रेत पारों मर गई सवाल हाशिम शाह बारे ई शेर किसने लिखा है हाशिम शाह हशमत बरकत गंतर विच ना आवे दर्ज़ तीम जवाहर लड़ियां, जाहिर कड लुटावे ਵਾਰਿਸ ਸ਼ਾ ਸ਼ਾ ਹੁਸੈਨ ਮੁਨੀਰ ਨਿਆਜ਼ੀ ਜਾਂ ਮੀਆਂ ਮੁਹੰਮਦ ਬਖਸ਼ ਇਹਦਾ ਜਵਾਬ ਹੈ ਮੀਆਂ ਮੁਹੰਮਦ ਬਖਸ਼ ਸਵਾਲ ਹਾਸ਼ਿਮ ਸ਼ਾ ਨੇ ਕਿਸੇ ਦਾ ਮੁੱਢ ਕਿਵੇਂ ਬਣਿਆ ਨਾਥ ਲਿਖ ਕੇ ਮਨਕਬਤ ਲਿਖ ਕੇ ਹਮਦ ਲਿਖ ਕੇ ਇਹਨਾਂ ਵਿੱਚੋਂ ਕੋਈ ਵੀ ਨਹੀਂ ਜਵਾਬ ਹੈ ਹਮਦ ਲਿਖ ਕੇ ਸਵਾਲ ਹਾਸ਼ਿਮ ਸ਼ਾਹ ਦੀ ਕਿਤਾਬ ਮਾਦਨ ਫੈਜ਼ ਵਿੱਚ ਕਿਸ ਹਸਤੀ ਦੀ ਮਦਾ ਬਿਆਨ ਕੀਤੀ ਗਈ ਹੈ गौस पाक लाल शहबाज कलंदर, बू अली कलंदर, शाहरुखन आलम जवाब गौस पाक सवाल पनबोर का पुराना की सी? दीबल कानपुर सहारनपुर सिस्तान। जवाब दीबल।